जरा चली है उन्हों लोग गरीब आदमी आम ईमानदार बंदा सारे लोगों ने कहा थोड़ा चिर सिफत भी करते रहे पर आ करोड़ा रुपया जरा मिलया ये किसी गरीब के घर से करोड़ा रुपया नहीं ना होता कुछ पूछे उन्होंने पैसे कितों आए आ तो कोई जायदाद है नहीं पैसे फिर कितों आए। पंजाब विच लगातार ही जोड़ तोड़ की राजनीति जारी है अते सारियां सियासी पार्टियां अपनी जित हासिल करने वास्ते दूजी पार्टी के नुमाइंदियां नूं अपनी पार्टी विच शामिल कर रहे हैं। उत्थे ही श्रोमणी अकाली दल नूं उस वेले वड्डी सफलता हासिल हुई जदों उन्हां वल्लों लोक इंसाफ पार्टी के खडूर साहब हल्के के टिकट ते खड़े राजवीर सिंह पखोके श्रोमणी अकाली दल विच शामिल हो गए। उन्हां नूं अपनी पार्टी विच शामिल करन मौके रणजीत सिंह ब्रह्मपुरा खुद पहुंचे। रणजीत सिंह ब्रह्मपुरा का कहना है कि यह परिवार पहला ही उन्हां दे नाल सी अते इन्हां परिवार दे नाल साडी पुरानी सांझ बरकरार है। इस मौके उन्हां दा कहना है कि चरणजीत सिंह चन्नी अपने आप नूं गरीब मुख्यमंत्री कहिंदे हन लेकिन उन्हां दे घरों करोड़ा रुपया मिलना जरूर चिंता दा विशा है। बहुत वड्डी शक्ति मिली आ जी सानूं ताकत मिली आ श्रोमणी अकाली दल नूं महाराज करे चढ़दी कलम रखे। ਕਿੰਨੀ ਕੁ ਗਿਣਤੀ 'ਚ ਜਿਹੜੇ ਅੱਜ ਵਰਕਰ ਸ਼ਾਮਿਲ ਹੋਏ ਆ ਜੀ ਸ਼੍ਰੋਮਣੀ ਅਕਾਲੀ ਦਲ 'ਚ? ਆ ਤਕਰੀਬਨ 40-50 ਤਾਂ ਹੈਗੇ ਆ ਜੀ ਜੀ ਜਿਹੜੇ ਵਰਕਰ ਸ਼ਾਮਿਲ ਇਹਨਾਂ ਦੇ ਨਾਲ ਹੋਏ ਆ ਅਤੇ ਲਿਸਟ ਤਾਂ ਲੰਮੀ ਨਾਂ ਤਾਂ ਸਾਰਿਆਂ ਦੇ ਲੈ ਨਹੀਂ ਜਾ ਸਕਦੇ ਪਰ ਤੁਹਾਡੇ ਸਾਹਮਣੇ ਸਾਰੇ ਹੋਏ ਆ ਕੁਛ ਚਲੇ ਗਏ ਆ ਕੁਛ ਥੋੜ੍ਹੇ ਜਿਹੇ ਰਹਿੰਦੇ ਆ। ਜੀ ਜੀ ਕਿੰਨਾ ਕੁ ਬਲ ਮਿਲੇਗਾ ਹਲਕੇ 'ਚ ਤੁਹਾਨੂੰ ਕਿਉਂਕਿ ਥੋੜ੍ਹੇ ਦਿਨ ਰਹਿ ਗਏ ਆ ਵੋਟਾਂ ਨੂੰ? ਇਹ ਜੀ ਦੇਖੋ ਇਹ ਤਾਂ ਸਾਡੇ ਪਹਿਲਾਂ ਹੀ ਰਿਸ਼ਤੇਦਾਰ ਨੇ ਅਤੇ ਬਲ ਦਾ ਤਾਂ ਪਹਿਲਾਂ ਵੀ ਬਲ ਮਿਲਿਆ ਸੀ ਪਰ ਹੁਣ ਜ਼ਿਆਦਾ ਬਲ ਮਿਲੇਗਾ ਕਿਉਂਕਿ ਖੁੱਲ੍ਹ ਕੇ ਜਿਹੜਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰ ਸਕਣਗੇ। ਇਹ ਨੌਜਵਾਨ ਇਹਨਾਂ 'ਚ ਐਨਰਜੀ ਆ ਇਸ ਕਰਕੇ ਥੋੜ੍ਹੇ ਦਿਨ ਵੀ ਭਾਵੇਂ ਰਹਿ ਗਏ ਪਰ ਕੰਮ ਇਹ ਬਹੁਤਾ ਕਰਨਗੇ। ਬਾਪੂ ਜੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਦੁਬਾਰਾ ਤੋਂ ਐਲਾਨਿਆ, ਕਿੰਨਾ ਕੁ ਲੱਗਦਾ ਕਿ ਕਾਂਗਰਸ ਨੂੰ ਇਹਨਾਂ ਫਾਇਦਾ ਮਿਲੇਗਾ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੇ ਚਿਹਰੇ 'ਤੇ ਜ਼ਿਆਦਾ ਫਾਇਦਾ ਮਿਲ ਕੇ ਸਰਕਾਰ ਬਣ ਸਕਦੀ? ਦੇਖੋ ਜੀ ਗੱਲ ਇਹ ਆ ਬਈ ਹੁਣ ਸਵਾਲ ਬੜਾ ਤੁਹਾਨੂੰ ਟਿਪੀਕਲ ਕੀਤਾ, ਜਿਹੜਾ ਚੰਨੀ ਆ ਉਹਨੂੰ ਲੋਕ ਗਰੀਬ ਆਦਮੀ ਆ ਇਮਾਨਦਾਰ ਬੰਦਾ ਵਾ ਸਾਰਿਆਂ ਲੋਕਾਂ ਨੇ ਕਿਹਾ ਥੋੜ੍ਹਾ ਚਿਰ ਉਹਦੀ ਸਿਫਤਾਂ ਵੀ ਕਰਦੇ ਰਹੇ ਪਰ ਆ ਕਰੋੜਾ ਰੁਪਈਆ ਜਿਹੜਾ ਮਿਲਿਆ ਇਹ ਕਿਸੇ ਗਰੀਬ ਦੇ ਘਰ 'ਤੇ ਕਰੋੜਾ ਰੁਪਈਆ ਨਹੀਂ ਨਾ ਹੁੰਦਾ ਜੇ ਪੁੱਛੇ ਉਹਨੂੰ ਵੀ ਪੈਸੇ ਕਿੱਥੋਂ ਆਏ ਆ ਅਤੇ ਕੋਈ ਜਾਇਦਾਦ ਹੈ ਨਹੀਂ ਪੈਸੇ ਫਿਰ ਕਿੱਥੋਂ ਆਏ ਆ ਤੂੰ ਇਸ ਵਾਸਤੇ ਉਹਦੇ ਲਈ ਕਰਪਸ਼ਨ ਹੋਈ ਆ ਜਾਂ ਜੋ ਕੁਝ ਵੀ ਅਖਬਾਰਾਂ 'ਚ ਆਇਆ ਇਹਦੇ ਨਾਲ ਉਹਦਾ ਇਮੇਜ ਜਿਹੜਾ ਵਾ ਖਰਾਬ ਹੋਇਆ, ਕਾਂਗਰਸ ਦਾ ਵੀ ਇਮੇਜ ਖਰਾਬ ਹੋਇਆ ਅਤੇ ਦੁਨੀਆ ਕਹੂਗੀ ਵੀ ਇਹ ਜਿਹੜਾ ਇੱਕ ਕਰਪਟ ਬੰਦਾ ਵਾ ਸਾਹਮਣੇ ਆਹ ਕੁਛ ਹੋਇਆ ਅਤੇ ਇਹਨੂੰ ਤੁਸੀਂ ਚੀਫ ਮਿਨਿਸਟਰ ਦਾ ਅਹੁਦੇਦਾਰ ਬਣਾ ਦਿੱਤਾ ਵਾ, ਇਹ ਗੱਲ ਚੰਗੀ ਨਹੀਂ। ਬਾਕੀ ਉਹਨਾਂ ਦਾ ਪਾਰਟੀ ਦਾ ਫੈਸਲਾ। ਸ਼ਾਮਿਲ ਹੋਏ ਜੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਸੀ, ਕਿੰਨੀ ਕੁ ਗਿਣਤੀ 'ਚ ਅੱਜ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ? ਵੀਰ ਜੀ ਤੁਸੀਂ ਕੈਮਰਾ ਮਾਰਿਆ ਹੀ ਹੋਣਾ ਇੱਧਰ, ਇਹ ਸਿਰਫ ਅਤੇ ਸਿਰਫ ਹਾਲੇ ਮੇਰੇ ਅਹੁਦੇਦਾਰ ਹੀ ਆ, ਇਹਨਾਂ 'ਚ ਵਰਕਰ ਕੋਈ ਨਹੀਂ। ਤੁਸੀਂ ਵੇਖ ਲਓ ਵੀ ਅਹੁਦੇਦਾਰ ਹੀ ਕਿੰਨਾ, ਇੱਥੇ ਖਲੋਣ ਨੂੰ ਜਗ੍ਹਾ ਨਹੀਂ ਆ, ਕਿੰਨੇ ਅਹੁਦੇਦਾਰ ਆ, ਇਹ ਸਿਰਫ ਮੇਨ ਅਹੁਦੇਦਾਰ ਹੀ ਆ, ਵਰਕਰ ਹਾਲੇ ਕੋਈ ਨਹੀਂ ਇਹਨਾਂ 'ਚ। ਜਿੱਦਣ ਬਾਣਾਪੁਰਾ ਸਾਹਿਬ ਕੋ ਟਾਈਮ ਲੈ ਕੇ ਕਰਿਆ ਆਪਣਾ ਪੈਲਸ ਵਿੱਚ ਰੈਲੀ ਕਰਾਂਗੇ, ਉੱਧਰ ਬਹੁਤ ਤਗੜਾ ਇਕੱਠ ਕਰਾਂਗੇ। ਕੀ ਕਾਰਨ ਜਿਹੜੇ ਲੋਕ ਇਨਸਾਫ ਪਾਰਟੀ ਨੂੰ ਛੱਡਣਾ ਪਿਆ ਜੀ? ਇਹ ਜੀ ਬ੍ਰਹਮਪੁਰਾ ਸਾਹਿਬ ਨਾਲ ਸਾਡੇ ਸ਼ੁਰੂ ਤੋਂ ਹੀ ਬਹੁਤ ਵਧੀਆ ਰਿਲੇਸ਼ਨ ਸੀ। ਇਹ ਨਹੀਂ ਵੀ ਸਾਨੂੰ ਉੱਧਰ ਬੈਂਸ ਸਾਹਿਬ ਨਾਲ ਬਹੁਤ ਮੇਰਾ ਪਿਆਰ ਹੈ, ਸਾਰੀ ਜ਼ਿੰਦਗੀ ਰਹੂਗਾ, ਪਰ ਬ੍ਰਹਮਪੁਰਾ ਸਾਹਿਬ ਨਾਲ ਸਾਡਾ ਬਹੁਤ ਜ਼ਿਆਦਾ ਚਿਰ ਤੋਂ ਪੁਰਾਣਾ ਸੀ, ਮੈਂ ਇਹਨਾਂ ਨੂੰ ਮੋੜ ਨਹੀਂ ਸਕਿਆ। ਕੋਈ ਨਾਰਾਜ਼ਗੀ ਤਾਂ ਨਹੀਂ ਹੋਈ? ਨਹੀਂ ਨਹੀਂ ਕੋਈ ਨਾਰਾਜ਼ਗੀ ਨਹੀਂ। ਬੈਂਸ ਸਾਹਿਬ ਨੇ ਤੁਹਾਨੂੰ ਬੜਾ ਮਾਣ ਸਤਿਕਾਰ ਦਿੱਤਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ, ਫਿਰ ਕੀ ਕਾਰਨ ਹੈ ਕਿਉਂ ਤੁਸੀਂ ਉਹ ਪਾਰਟੀ ਛੱਡੀ? ਬੈਂਸ ਸਾਹਿਬ ਦਾ ਅੱਜ ਮੈਂ ਬਹੁਤ ਮਾਣ ਸਤਿਕਾਰ ਕਰਦਾ, ਉਹ ਮੈਨੂੰ ਬਹੁਤ ਮਾਣ ਤਾਣ ਦਿੰਦੇ ਰਹੇ ਆ, ਗਾਂ ਵੀ ਉਹਨਾਂ ਸਾਡੇ ਉਹਨਾਂ ਨਾਲ ਪਰਿਵਾਰਕ ਸੰਬੰਧ ਆ, ਪਰ ਬ੍ਰਹਮਪੁਰਾ ਸਾਹਿਬ ਨਾਲ ਸਾਡਾ ਬਹੁਤ ਜ਼ਿਆਦਾ ਪੁਰਾਣਾ ਸੰਬੰਧ ਸੀ, ਮੈਂ ਇਹਨਾਂ ਨੂੰ ਮੋੜ ਨਹੀਂ ਸਕਿਆ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ, ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ, ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ
नाल ही दोस्तों नू पेज लाइक करने दे लई इनवाइट करना ना भुलना। इना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।